ਪੰਜਾਬ ਦੀਆਂ। ਹਾਂਜੀ ਅਗਲੀ ਕਾਲ ਵੱਲ ਵਧਦੇ। ਹੈਲੋ ਜੀ। ਹੈਲੋ। ਹੈਲੋ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਕੌਣ ਬਿਲਪੁਰ ਦੇ? ਮੈਂ ਗੁਰਬਚਨ ਬੋਲਦਾ, ਤੁਹਾਡਾ ਛੋਟਾ ਭਰਾ। ਗੁਰਬਚਨ ਜੀ ਆਪਣੇ ਘਰੋਂ ਬੋਲਦਾ ਤੇ ਬਿੱਲ ਮੇਰਾ ਪੇ ਜਨਾਨੀ ਕਰਦੀ ਹੈ ਟੈਲੀਫੋਨ ਦਾ। ਕੀ ਬਾਤ ਹੈ, ਕੀ ਬਾਤ ਹੈ। ਬਿਲਕੁਲ ਫ੍ਰੀ ਹੈ, ਕੋਈ ਪੇ ਪੂ ਦਾ ਚੱਕਰ ਨਹੀਂ ਹੈਗਾ ਜੀ। ਹਾਂਜੀ ਜਿਹੜਾ ਫੋਨ ਤੁਸੀਂ ਮੈਨੂੰ ਕਰ ਰਹੇ ਹੋ ਬਿਲਕੁਲ ਫ੍ਰੀ ਹੈ ਜੀ। ਨਹੀਂ ਮੈਂ ਮਜ਼ਾਕ ਕਰ ਰਿਹਾ। ਹਾਂਜੀ ਨਹੀਂ ਮਜ਼ਾਕ ਕਰਨਾ ਤਾਂ ਜ਼ਿੰਦਗੀ ਦੇ ਵਿੱਚ ਬਹੁਤ ਵੱਡੀ ਹੈ। ਮੈਂ ਜਨਾਨੀ ਨਾਲ ਘੰਟਾ ਘੰਟਾ ਟੈਲੀਫੋਨ ਕਰਦੀ ਹੈ। ਅੱਛਾ ਜੀ। ਤੇ ਮੈਂ ਇੱਕ ਦਿਨ ਦੇਖਿਆ ਉਹਨੇ ਅੱਧਾ ਘੰਟਾ ਕਰਕੇ ਨਾ ਟੈਲੀਫੋਨ ਬੰਦ ਕਰਤਾ। ਅੱਛਾ ਜੀ। ਮੈਂ ਕਿਹਾ ਗੱਲ ਕੀ ਤੁਸੀਂ ਘੰਟਾ ਕਰਦੇ ਹੋ ਜਾਂ ਅੱਧਾ ਘੰਟਾ ਕਿਉਂ ਕੀਤੀ ਹੈ? ਤੇ ਉਹ ਕਹਿੰਦੀ ਹੈ ਰੋਂਗ ਨੰਬਰ ਸੀ। ਝੂਠ ਦੀ ਗੱਲ ਤੁਹਾਨੂੰ ਦੱਸਾਂ। ਹਾਂਜੀ ਇੱਕ ਦਫਾ ਚਾਰ ਮੁੰਡੇ ਇਮਤਿਹਾਨ ਵਾਸਤੇ ਗਏ ਨਾ ਤੇ ਐਗਜ਼ਾਮ ਪੇਪਰ ਵਾਸਤੇ, ਜਾ ਕੇ ਟੀਚਰ ਨੂੰ ਕਹਿਣ ਲੱਗੇ ਸਾਡੀ ਕਾਰ ਖਰਾਬ ਹੋ ਗਈ ਆ, ਦੇਖੋ ਹੱਥ ਸਾਡੇ ਭਰੇ ਨਾ, ਟਾਇਰ ਖਰਾਬ ਹੋ ਗਿਆ, ਪੈਂਚਰ ਹੋ ਗਿਆ ਸੀ ਤੇ ਅਸੀਂ ਲੇਟ ਹੋ ਗਏ ਆ ਤੇ ਪਲੀਜ਼ ਸਾਨੂੰ ਮੌਕਾ ਦਿੱਤਾ ਜਾਏ ਨੈਕਸਟ ਵੀਕ ਐਗਜ਼ਾਮ ਦੇਣ ਦਾ। ਠੀਕ ਹੈ। ਟੀਚਰ ਸਮਝ ਗਿਆ ਝੂਠ ਬੋਲਦੇ। ਉਹਨੇ ਕਿਹਾ ਠੀਕ ਹੈ ਤੁਹਾਡਾ ਐਗਜ਼ਾਮ ਅਗਲੇ ਵੀਕ ਲਾਂਗਾ। ਉਹ ਚਾਰੇ ਮੁੰਡੇ ਆ ਗਏ ਜੀ, ਚਾਰਾਂ ਨੂੰ ਚੌਵਾਂ ਕਮਰਿਆਂ 'ਚ ਬਿਠਾ ਕੇ ਨਾ ਤੇ ਕਾਰ ਦੀ ਫੋਟੋ ਪਾ ਕੇ ਚੌਵਾਂ ਨੂੰ ਦੇਤੀ, ਕਹਿੰਦਾ ਦੱਸੋ ਵੀ ਕਿਹੜਾ ਟਾਇਰ ਪੰਚਰ ਹੋਇਆ ਸੀ। ਹੁਣ ਸਾਰੇ ਝੂਠ ਫੜੇ ਗਏ। ਆਹਾ ਕੀ ਬਾਤ ਹੈ। ਝੂਠ ਦਾ ਜਿਹੜਾ ਨਾ ਉਹ ਫੜਿਆ ਜਾਂਦਾ ਹੈ। ਮੈਂ ਦੱਸਿਆ ਮੇਰੀ ਵਾਈਫ ਨਾ, ਮੈਂ ਸਾਰੇ ਪੁੱਛਦੇ ਤੇਰਾ ਮਿਲਣ ਔਰ ਬਣ ਚ ਕਿਹਦਾ ਹੱਥ ਹੈ? ਮੈਂ ਕਿਹਾ ਮੇਰੀ ਵਾਈਫ ਦਾ ਹੱਥ ਹੈ ਮੇਰੇ ਮਿਲਣ ਔਰ ਬਣਨ ਦਾ। ਤੇ ਫਿਰ ਮੈਨੂੰ ਪੁੱਛਦੇ ਤੁਸੀਂ ਪਹਿਲਾਂ ਕੌਣ ਸੀ? ਮੈਂ ਕਿਹਾ ਪਹਿਲਾਂ ਮਲਟੀ ਮਿਲੇਨਾ ਸੀ, ਹੁਣ ਮਿਲਣ ਔਰ ਬਣ ਗਿਆ। ਅੱਛਾ ਮੈਂ ਤੁਹਾਨੂੰ ਕਵਿਤਾ ਛੋਟੀ ਦਿਖਾਣਾ ਚਾਹੁੰਦਾ ਵੀ ਨਾ ਕਰ ਹੈ ਜਿਹੜੇ ਤੇ ਕਰਦੇ ਪਏ ਨਾ ਕੰਮ, ਉਸ ਉੱਤੇ ਦੋ ਚਾਰ ਲੈਣਾ ਜ਼ਿਆਦਾ। ਜ਼ਰੂਰ ਜ਼ਰੂਰ ਜੀ। ਅੱਛਾ। ਹੈ ਖੁਦ ਗਰਜ਼ ਤੂੰ ਆਪਣੀ ਗਰਜ਼ ਖਾਤਰ ਸਾਰੀ ਕੌਮ ਦਾ ਬੇੜਾ ਤਬਾਹ ਨਾ ਕਰ। ਵਾਹ ਜੀ ਵਾਹ। ਉਹ ਭੁੱਖਿਆ ਰੋਟੀ ਜੇ ਮਿਲੀ ਹੈ ਤੈਨੂੰ ਉਸ ਰੋਟੀ ਦਾ ਇੱਕੋ ਗ੍ਰਾਹ ਨਾ ਕਰ। ਵਾਹ ਜੀ ਵਾਹ। ਮਿਲਦੀ ਨਹੀਂ ਆ ਸੁਚੱਜੀ ਤੇ ਸੋਹਣੀ ਵੋਟੀ ਤੂੰ ਕੁਆਰਾ ਹੀ ਰਹਿ ਫਿਰ ਵਿਆਹ ਨਾ ਕਰ। ਵਾਹ ਜੀ ਵਾਹ। ਮਿਲਦੀ ਨਹੀਂ ਆ ਸੁਚੱਜੀ ਤੇ ਸੋਹਣੀ ਵੋਟੀ ਤੂੰ ਕੁਆਰਾ ਹੀ ਰਹਿ ਫਿਰ ਵਿਆਹ ਨਾ ਕਰ। ਚਿੱਟੀ ਕਾਲੀ ਵੋਟੀ ਜੇਕਰ ਮਿਲ ਗਈ ਆ ਕਿਸੇ ਹੋਰ ਪਰੀ ਤੇ ਫਿਰ ਨਿਗਾਹ ਨਾ ਕਰ। ਵਾਹ ਜੀ ਵਾਹ। ਬੁਰੀ ਮੱਝੇ ਬੱਧੀ ਆ ਕਿੱਲੇ ਉੱਤੇ ਤੇ ਫਿਰ ਡਾਲਡੇ ਘਿਓ ਦਾ ਕੜਾ ਨਾ ਕਰ। ਵਾਹ ਜੀ ਵਾਹ। ਦਾਨ ਕਰਨੇ ਹੀ ਤੇ ਕਰ ਸ਼ਰਪ ਕਰਕੇ ਲੱਲੂ ਪੰਜੂ ਦੇ ਨਾਲ ਫਿਰ ਸਲਾਹ ਨਾ ਕਰ। ਜੇਕਰ ਸੱਚ ਦੀ ਰੱਤੀ ਹੈ ਕੋਲ ਤੇਰੇ ਟੁੰਡੇ ਲਾੜ ਦੀ ਫਿਰ ਪਰਵਾਹ ਨਾ ਕਰ। ਵਾਹ ਜੀ ਵਾਹ। ਕਹਿੰਦਾ ਇਹ ਗੁਨਾਹ ਉੱਤੇ ਪੜਦਾ ਪੈ ਗਈ ਤੇ ਤੂੰ ਫਿਰ ਗੁਨਾਹ ਉੱਤੇ ਗੁਨਾਹ ਨਾ ਕਰ। ਵਾਹ ਜੀ ਵਾਹ। ਕਿਸੇ ਲੀਚੜ ਕੋਲੋਂ ਛਿਲਵਾ ਬੈਠਾ ਤੂੰ ਉਸ ਲੀਚੜ ਤੇ ਫਿਰ ਵਸਾ ਨਾ ਕਰ। ਜੇ ਤੂੰ ਕਿਸੇ ਨੂੰ ਰਾਹ ਨਹੀਂ ਦੱਸਣ ਜੋਗਾ ਅਖੀਲੀ ਲਾਈਨਾਂ। ਵਾਹ ਜੀ ਵਾਹ। ਜੇ ਤੂੰ ਕਿਸੇ ਨੂੰ ਰਾਹ ਨਹੀਂ ਦੱਸਣ ਜੋਗਾ ਤੇ ਰਾਹ ਤੂੰ ਭੁੱਲਿਆ ਨੂੰ ਤੂੰ ਗੁੰਮਰਾਹ ਨਾ ਕਰ। ਵਾਹ ਜੀ ਵਾਹ, ਬਿਊਟੀ, ਬਹੁਤ ਅੱਛਾ। ਥੈਂਕ ਯੂ। ਕਹਿੰਦਾ ਜੇ ਤੂੰ ਕਿਸੇ ਨੂੰ ਰਾਹ ਨਹੀਂ ਦੱਸਣ ਜੋਗਾ ਰਾਹ ਤੂੰ ਭੁੱਲਿਆ ਨੂੰ ਤੂੰ ਵਿੱਚ ਗੁੰਮਰਾਹ ਨਾ ਕਰ। ਜੀਵਨ ਵਿੱਚ ਸੱਚਾਈ ਦਾ ਰਾਹ ਛੱਡ ਕੇ ਖੋਟਾ ਤੂੰ ਆਪਣਾ ਰਾਹ ਨਾ ਕਰ। ਇੱਕ ਵਾਰੀ ਆਪਣਾ ਨਾਮ ਜ਼ਰੂਰ ਦੁਬਾਰਾ ਦੱਸੋ। ਮੈਂ ਅਜੇ ਤੁਹਾਡਾ ਸੇਵਕ ਗੁਰਬਚਨ ਆ ਜੀ। ਗੁਰਬਚਨ ਜੀ ਬਹੁਤ ਹੀ ਅੱਛੀਆਂ, ਤੁਸੀਂ ਅੱਛੀ ਸੋਚ ਨਾਲ ਬਹੁਤ ਹੀ ਅੱਛਾ ਲਿਖਿਆ ਤੁਸੀਂ ਤੇ ਬਹੁਤ ਹੀ ਅੱਛਾ ਫਰਮਾਇਆ ਤੇ ਮੈਂ ਕਹਿੰਦਾ ਕਿ ਇਸੇ ਤਰ੍ਹਾਂ ਮੇਰੇ ਪ੍ਰੋਗਰਾਮ ਦੇ ਵਿੱਚ ਆਉਂਦੇ ਰਿਹਾ ਕਰੋ ਤੇ ਮੈਂ ਤੁਹਾਡਾ ਦੋਨੇ ਹੱਥ ਜੋੜ ਕੇ ਨਿੱਘਾ ਸਵਾਗਤ ਕਰਦਾ ਕਿ ਬਹੁਤ ਹੀ ਅੱਛੇ ਵਿਚਾਰ ਦੇ ਗਏ ਹੋ ਗੁਰਬਚਨ ਸਿੰਘ ਜੀ। ਬਹਾਰਾਂ ਪੰਜਾਬ ਦੀਆਂ।